ਬਟਾਲਾ ਦੇ ਗੁਰੂ ਨਾਨਕ ਨਗਰ ਭੁੱਲਰ ਰੋਡ ਤੇ ਬੀਤੀ ਰਾਤ 22 ਸਾਲਾਂ ਜਸ਼ਨਦੀਪ ਸਿੰਘ ਦਾ ਕੁਝ ਨੌਜਵਾਨਾਂ ਵੱਲੋਂ ਕਿਰਚਾ ਮਾਰ ਕੇ ਕੀਤਾ ਕਤਲ। ਜਸ਼ਨਦੀਪ ਨੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੋਈ ਸੀ ਅਤੇ ਚੰਡੀਗੜ੍ਹ ਵਿਖੇ ਪੀਜ਼ਾ ਸਟੋਰ ਤੇ ਕੰਮ ਕਰਦਾ ਸੀ। ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ ਅਤੇ ਆਪਣੀ ਵੱਡੀ ਭੈਣ ਨੂੰ ਚੰਡੀਗੜ੍ਹ ਤੋਂ ਮਿਲਣ ਬਟਾਲਾ ਆਪਣੇ ਘਰ ਆਇਆ ਸੀ। ਉਸਦੀ ਭੈਣ ਕੈਨੇਡਾ ਤੋਂ ਆਈ ਹੋਈ ਸੀ। ਪਰਿਵਾਰ ਦਾ ਦੱਸਣਾ ਹੈ ਕਿ ਨਸ਼ਾ ਕਰਨ ਵਾਲੇ ਲੋਕਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਕਤਲ, ਕਿਉਂਕਿ ਉਹਨਾਂ ਦੇ ਘਰ ਦੇ ਬਾਹਰ ਬੈਠੇ ਨੌਜਵਾਨ ਨਸ਼ਾ ਕਰਦੇ ਸੀ ਅਤੇ ਉਹਨਾਂ ਨੂੰ ਜਸ਼ਨ ਵੱਲੋਂ ਰੋਕਿਆ ਜਾਂਦਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਘਰ ਅੱਗੇ ਰੋਜ਼ਾਨਾ ਕੁਝ ਲੋਕ ਨਸ਼ਾ ਕਰਨ ਆਉਂਦੇ ਸੀ ਅਤੇ ਮੇਰੇ ਬੇਟੇ ਨੇ ਉਹਨਾਂ ਨੂੰ ਰੋਕਿਆ ਸੀ। ਇੱਕ ਦਿਨ ਪਹਿਲਾਂ ਵੀ ਮੇਰੇ ਬੇਟੇ ਪਿੱਛੇ ਇਹ ਲੋਕ ਦਾਤਰ ਲੈ ਕੇ ਆਏ ਸਨ ਅਤੇ ਉਸ ਦਿਨ ਮੇਰਾ ਬੇਟਾ ਬਚ ਗਿਆ। ਕੱਲ੍ਹ ਮੇਰਾ ਬੇਟਾ ਜਦ ਕੁੱਤੇ ਨੂੰ ਰੋਟੀ ਪਾਉਣ ਗਿਆ, ਉੱਥੇ ਹੀ ਕੁਝ ਹਥਿਆਰਬੰਦ ਲੋਕਾਂ ਨੇ ਮੇਰੇ ਬੇਟੇ 'ਤੇ ਹਮਲਾ ਕਰ ਦਿੱਤਾ ਅਤੇ ਮੇਰੇ ਵੀ ਸੱਟਾਂ ਲੱਗੀਆਂ ਅਤੇ ਮੇਰੇ ਬੇਟੇ ਦੀ ਤਾਂ ਮੌਤ ਹੀ ਹੋ ਗਈ। ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ। ਗੁਰਦੀਪ ਸਿੰਘ, ਮੇਰਾ ਬੇਟਾ ਉਹ ਕੱਲ੍ਹ ਕੁੱਤੇ ਰੋਟੀ ਪਾਉਣ ਗਿਆ ਸੀ, ਉੱਥੇ ਅਮਲੀ ਬਹਿੰਦੇ, ਉਹਨਾਂ ਨੇ ਕੁਝ ਮਾੜਾ ਚੰਗਾ ਆਖਿਆ, ਵੀ ਨਾ ਬਹਿ ਕਰੋ। ਇਸੇ ਗੱਲ ਦੇ ਚੱਕਰ 'ਚ ਪਰਸੋਂ ਦੀ ਗੱਲ ਹੈ, ਰਣਜੀਤ ਸਿੰਘ ਇਹਦੇ ਮਗਰ ਪੈ ਗਏ, ਇਹ ਭੱਜ ਕੇ ਘਰ ਆਇਆ। ਚੱਲ ਉਹ ਦਿਨ ਲੰਘ ਗਿਆ, ਅਗਲੇ ਦਿਨ ਫਿਰ ਇਹ ਕੁੱਤੇ ਰੋਟੀ ਪਾਉਣ ਗਿਆ। ਜਿਹੜਾ ਬੰਦਾ ਉਦਣ ਇਹਦੇ ਮਗਰ ਦਾਤਰ ਲੈ ਕੇ ਪਿਆ ਸੀ ਪਰਸੋਂ, ਉਹ ਫਿਰ ਕੱਲ੍ਹ ਆ ਗਿਆ। ਉਹਨਾਂ ਚਿਰ ਨੂੰ ਅਸੀਂ ਆਖਿਆ ਸਾਡਾ ਬੇਟਾ ਫਿਰ ਗਿਆ ਸੀ, ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ, ਗੱਲਾਂ ਹੀ ਕਰਨ ਡੇ। ਉਹਨੇ ਫੋਨ ਕਰਕੇ ਉਹਨੇ ਚਿਰ ਨੂੰ ਪੰਜ ਚਾਰ ਹੋਰ ਬੰਦੇ ਹੋਰ ਮੰਗਾ ਲਏ, ਵਹਿੰਦਿਆਂ ਵਹਿੰਦੇ 35-40 ਮੁੰਡੇ ਹੋ ਗਏ। ਫਿਰ ਪਤਾ ਨਹੀਂ ਲੱਗਾ ਉਹਨੇ ਦਾਤਰ ਮਾਰੇ ਕੀ ਮਾਰੇ, ਮੇਰੇ ਵੀ ਦਾਤਰ ਮਾਰੇ, ਮੇਰੇ ਇੱਥੇ ਚੱਕ ਮਾਰਿਆ, ਕਿਰਚ ਮਾਰੀ, ਮੁੰਡੇ ਦੇ ਵੀ ਕਿਰਚ ਮਾਰੀ, ਫਿਰ ਉੱਥੇ ਔਨ ਸਪੋਟ ਜਿਹਦੀ ਡੈਥ ਹੋ ਗਈ। ਇਹ ਸਰ ਤੁਸੀਂ ਅੱਜ ਤੁਹਾਨੂੰ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਹੈ ਭਗਵੰਤ ਮਾਨ ਦੀ ਸਰਕਾਰ ਰਹੀ ਆ, ਨਸ਼ੇ ਬਹੁਤ ਹੀ ਜ਼ਿਆਦਾ ਵੱਧ ਗਏ ਨੇ। ਕੈਂਪ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਵਾ, ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬਹਿ ਕੇ ਨਸ਼ਾ ਕਰਦੇ ਨੇ, ਅਤੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਨੂੰ ਸਮਝਾਉਂਦੇ ਨੇ ਵੀ ਇੱਥੇ ਨਸ਼ਾ ਨਹੀਂ ਕਰਨਾ ਹੈਗਾ, ਅਤੇ ਉਹ ਉਹਦਾ ਵਿਰੋਧ ਕਰਦੇ ਨੇ। ਉਹ ਉਹਨਾਂ ਦੀ ਇਸੇ ਰੰਜਿਸ਼ 'ਚ ਆ ਕੇ ਸਾਡੇ ਭਾਂਜੇ ਨੂੰ ਜਿਹੜਾ ਕਤਲ ਕਰਤਾ ਜੀ। ਇਹ ਜੀ ਜਸ਼ਨਦੀਪ ਸਿੰਘ ਸੀ, ਤੁਹਾਡਾ ਆਪਣਾ ਫਾਟਕਾ ਕਾਦੀਆਂ ਦਾ ਫਾਟਕਾ ਮੁੰਡਾ, ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ। ਰੇਲਵੇ ਲਾਈਨ ਦੇ ਲਾਗੇ ਨੇ, ਇਹਨਾਂ ਦੀ ਕੋਠੀ ਬਣਦੀ ਪਈ ਆ, ਘਰ ਬਣਦਾ ਪਿਆ। ਇਹ ਆਪਣੇ ਮਾਂ ਅਤੇ ਪਿਓ ਗੁਰਦੀਪ ਸਿੰਘ ਦਾ ਉੱਥੇ ਰਾਤ ਕੁੱਤੇ ਨੂੰ ਰੋਟੀ ਦੇਣ ਗਏ ਸੀ। ਉੱਥੇ ਕੋਈ ਰੇਲਵੇ ਟਰੈਕ ਦੇ ਬੰਦੇ ਬੈਠਦੇ ਸੀ, ਇਹਨਾਂ ਦੀ ਅਕਸਰ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਵੀ ਇੱਥੇ ਨਾ ਬਿਆ ਕਰੋ। ਉਹਨਾਂ ਦੀ ਬਹਿਸ ਹੋਈ ਹੈ, ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਹੈ ਅਤੇ ਮੁੰਡਾ ਤਾਂ ਮਰ ਗਿਆ ਹਸਪਤਾਲ ਜਾ ਕੇ, ਅਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਵਾ, ਅਤੇ ਇਹ ਆਹ ਕਾਰਨ ਬੰਦਾ ਇਹਨਾਂ ਦਾ। ਅਜੇ ਤਫਤੀਸ਼ ਕਰ ਰਹੇ ਹਾਂ ਜੀ, ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਆਈ, ਉਹ ਕਹਿੰਦੇ ਆ, ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਤਾਂ ਬਾਅਦ ਪਤਾ ਲੱਗੂ ਵੀ ਨਸ਼ੇ ਹੀ ਕੌਣ ਹੈ।